ਚਿੱਤਾ ਪੈਣਾ ਕਿ ਮਾਜ ਉਸਤਾਦ ਵਕਤ ਤੇਰਾ ਇਮਾਨ ਨਾਲ ਮੈਂ ਚਿੱਤਾ ਤੇ ਆਵਦਾ ਚਿੱਤਾ ਤੇ ਜਿਹੜਾ ਕੋਈ ਦਿਮਾਗ ਸਾ ਉਸਤਾਦ ਬਾਕੀ ਅਜੇ ਚੀ ਚਿੱਤਾ ਤੇ ਆਵਦਾ ਖਣੀ ਖੜੀ ਕਰੇ ਮੈਂ ਮੋਬਾਈਲ ਨਾਲ ਕਰਾਂ ਦੇ ਦੂਸਰਾ ਦਾ ਮੈਂ ਕਹਾਂ ਕਿ ਜੇ ਜਵਾਬ ਹੈ ਸੀ ਕਰ ਮੈਂ ਦੱਸ ਸਾ ਅੱਛਾ ਬਲਾ ਬਲਾ ਕੀ ਉੱਤੇ ਦੀ ਕੇ ਦੱਸ ਮੋਬਾਈਲ ਐ ਸਰ ਮੋਬਾਈਲ ਦੱਸ ਆ ਮੈਂ ਚਿੱਤਾ ਤੇ ਆਵਦਾ ਆਪ ਕੇ ਕੋ ਜਵਾਨ ਨਹੀਂ ਨਾ ਨਾ ਇਹਦੇ ਔਰ ਤੇ ਦੱਸ ਜੀ ਲੰਬੇ ਜਵਾਨੇ ਕਾ ਗੱਲ ਨਾ ਕੀਤੀ ਕਰ ਜੀ ਜਿਹੜੀ ਗੱਲ ਹੋਵੇ ਉੱਤੇ ਬੁਧਾਰ ਦਾ ਚਿੱਤਾ ਤੇ ਆਵਦਾ ਬਾ ਮੋਬਾਈਲ ਦਾ ਤਾਂ ਦੱਸ ਠੀਕ ਆ ਗੱਲ ਮੈਂ ਆਦਾ ਬੇਟਾ ਚਿੱਤਾ ਤੇ ਆਵਦਾ ਆਏ ਮਰੇ ਦੇ ਠੂੰਗੇ ਅੱਛਾ ਕੰਨੇ ਤੇ ਅੱਛਾ ਕਹਿੰਦੇ ਚੋਲਾ ਪਕੜਨ ਦੇ ਕਹਿੰਦੇ ਗੋਲੇ ਮਰੇ ਦੇ ਮੈਂ ਨਾ ਕਿ ਦਵਾ ਤੱਕ ਠੀਕ ਹੈ ਇਹ ਤਾਂ ਆਕਬਾ ਚਿੱਤਾ ਤੇ ਆਵਦਾ ਬਮਾ ਆਖ ਹੀ ਬਹਾਂ ਸਾਰੇ ਆਖ ਤਾਂ ਯਾਰ ਕਰਦੇ ਸਾਰੇ ਨਾਲ ਹੋਰ ਸਾਰੇ ਨਾਲ ਆਖ ਜਿਵੇਂ ਜਿਵੇਂ ਜੀ ਕਰਦੇ ਉਹ ਆ ਨਾ ਗਿਣ ਕੇ ਆ ਸਾਰੇ ਨਾਲ ਆਖ ਸਾ ਲੜਕਾ ਮੇਰਾ ਕਿਹੜਾ ਚੀ ਕਹਿੰਦੇ ਕਿਹੜਾ ਗੋਲੇ ਕਿਵੇਂ ਮਰਦੇ ਕਿਹੜਾ ਕਾਲ ਚੀ ਕਹਿੰਦੇ ਕਿਹੜਾ ਸੁਗੇ ਮਰਦੇ ਸਾਰਾ ਕੁਝ ਠੀਕ ਹੈ ਬੱਚਾ ਸਿਕਾਲ ਤਾਂ ਦੂਰ ਹੀ ਰਹਿ ਗਈ ਹੈ ਨਾ ਹੈ ਕਿਹੜੀ ਗੱਲ ਦੱਸਣੀ ਆ ਉਹ ਤਾਂ ਦੱਸੀ ਨਹੀਂ ਵੀ ਮਜ਼ਾ ਆ ਗਿਆ ਅੱਜ ਮੈਂ ਜਿੱਤਾ ਤੀ ਆ ਬੇਟਾ ਮਜ਼ੇ ਆ ਕੇ ਮੈਂ ਜਿੱਤਾ ਤੀ ਆ ਬੇਟਾ ਮੈਂ ਕੌਂਡਾ ਸਾਹ ਮੋਬਾਈਲ 'ਚ ਅੱਜ ਅਬਦੁਲ ਮਜੀਦ ਹੈ ਨਾ ਸਾਹ ਬਣ ਕਈ ਤਰ੍ਹਾਂ ਸਾਹਿਬ ਦਾ ਆਈ ਲਿਫਟ ਹੀ ਕਹਾਣੀ ਕਸ਼ੇ ਕਹਿਣਾ ਕੋਈ ਨਾ ਅੱਜ ਮੌਸਮ ਠੰਡਾ ਉਸਤਾਦ ਗੁੱਸੇ ਕੇ ਪਿਆ ਕਹਿਣਾ ਇੱਥੇ ਖੇਲੀ ਕਹਿ ਚਾਹ ਪੀਆ ਚਾਹ ਪੀਆ ਚਾਹ ਪੀਆ ਮਤਲਬ ਤਰੀ ਕੋ ਖੇਲ ਨਿਕਲੇ ਉੱਠਿਆ ਸੀਗਾ ਤਾਂ ਮੇਰਾ ਉਠਾਵੇ ਹੱਥ ਹੱਥ ਗਰਮ ਕੀਤੀ ਉਹਦੇ ਚਾਹ ਬਰਾ ਸਟਾ ਜਾ ਥੋੜ੍ਹੀ ਜਿਹੀ ਚਾਹ ਬਰਫ ਸਟਾਏ ਜਾ ਕੇ ਸਹਿ ਕੇ ਉਸਦਾ ਪਰੇਸ਼ਾਨ ਹੋ ਗਿਆ ਬਰਫ਼ ਪਾ ਰਿਹਾ ਚਾਹ ਦੇ ਮੋਬਾਈਲ ਚਾਤੀ ਵੰਜ ਮਤਾ ਕਿ ਬੋਕੇ ਵਾਲੇ ਦਾ ਫੋਨ ਆ ਵਜੇ ਵੰਜਣੇ ਵੰਜਣੇ ਵੰਜਣੇ